ਪੰਜਾਬੀ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਓਟਵਾ ਲੈ ਚੱਲਦੇ ਆ। ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟ ਪਾਰਟੀ NDP ਇਸ ਵਾਰ ਹੋਈਆਂ ਆਮ ਚੋਣਾਂ ਦੇ ਵਿੱਚ ਕਿੰਗ ਮੇਕਰ ਦੀ ਭੂਮਿਕਾ ਦੇ ਵਿੱਚ ਉਭਰੀ ਹੈ, ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਰੋਮਾਂਚਕ ਇਸ ਮੁਕਾਬਲੇ ਦੇ ਵਿੱਚ ਬਹੁਮਤ ਨਹੀਂ ਮਿਲਿਆ। ਭਾਵੇਂ ਸਭ ਤੋਂ ਵੱਧ ਸੀਟਾਂ ਜਿੱਤਣ ਦੇ ਨਾਲ ਉਹ ਸੱਤਾ ਦੇ ਦਾਅਵੇਦਾਰ ਬਣੇ ਹੋਏ ਨੇ। ਹਾਲ ਦੇ ਵਿੱਚ ਹੀ ਸਪਨ ਕੈਨੇਡੀਅਨ ਆਮ ਚੋਣਾਂ ਵਿੱਚ NDP ਨੂੰ 24 ਸੀਟਾਂ ਮਿਲੀਆਂ ਨੇ। ਲਿਬਰਲ ਪਾਰਟੀ ਦੇ ਕੋਲ 157 ਸੀਟਾਂ ਤੇ ਵਿਰੋਧੀ ਪਾਰਟੀ ਕੰਜ਼ਰਵੇਟਿਵ ਕੋਲ 121 ਸੀਟਾਂ। ਬਲਾਕ ਕਿਊਬਿਕ ਦੇ ਗੱਲ ਕਰੀਏ ਤਾਂ 32 ਸੀਟਾਂ ਨੇ ਉਹਨਾਂ ਕੋਲ, ਅਤੇ ਗ੍ਰੀਨ ਪਾਰਟੀ ਨੂੰ 3 ਅਤੇ ਆਜ਼ਾਦ ਨੂੰ 1 ਸੀਟ ਮਿਲੀ ਆ। ਟਰੂਡੋ ਨੂੰ 333 ਮੈਂਬਰੀ ਹਾਊਸ ਆਫ ਕਮਰਸ ਦੇ ਵਿੱਚ ਲਿਬਰਲ ਪਾਰਟੀ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਬਣਾਉਣ ਵਾਸਤੇ 170 ਦੀ ਜੁਦਾਈ ਅੰਕੜੇ 'ਤੇ ਪਹੁੰਚਣ ਲਈ ਖੱਬੀ ਪੱਖੀ ਝੁਕਾਅ ਵਾਲੀ ਪਾਰਟੀਆਂ ਦੇ ਘੱਟੋ ਘੱਟ 13 ਸਾਂਸਦਾਂ ਦੇ ਸਮਰਥਨ ਦੀ ਜ਼ਰੂਰਤ ਹੈ। ਟੋਰਾਂਟੋ ਸਟਾਰ ਸਮਾਚਾਰ ਏਜੰਸੀ ਵਿੱਚ ਕਿਹਾ ਜਾ ਰਿਹਾ ਕਿ NDP ਪਾਰਟੀ ਸੰਸਦ ਵਿੱਚ ਕਿੰਗ ਮੇਕਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਆ। ਜਗਮੀਤ ਸਿੰਘ ਪਹਿਲਾਂ ਦੇ ਆਪਣੇ ਰਵੱਈਏ ਤੋਂ ਪਲਟਦੇ ਹੋਏ ਆਪਣੀ ਹੋਂਦ ਬਚਾਉਣ ਵਿੱਚ ਸਫਲ ਰਹੇ, ਭਾਵੇਂ 2015 ਦੇ ਮੁਕਾਬਲੇ ਇਸ ਵਾਰ ਉਹ ਸਿਰਫ 50% ਸੀਟਾਂ ਹੀ ਬਚਾ ਪਾਏ। ਸੀਟਾਂ ਦੀ ਗਿਣਤੀ ਵਿੱਚ ਗਿਰਾਵਟ ਦੇ ਬਾਵਜੂਦ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਆਪਣੇ ਭਾਸ਼ਣ ਵਿੱਚ ਇਹ ਗੱਲ ਕਹੀ ਕਿ ਉਹਨਾਂ ਦੀ ਪਾਰਟੀ ਕੈਨੇਡੀਅਨ ਲੋਕਾਂ ਦੀ ਤਹਿਰੀਜ਼ 'ਤੇ ਕੰਮ ਕਰਨ ਲਈ ਹੁਣ ਸਖ਼ਤ ਮਿਹਨਤ ਕਰੇਗੀ। ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਖਬਰ ਦੇ ਮੁਤਾਬਕ ਖੁਦ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਰਹੇ ਜਗਮੀਤ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ NDP ਨਵੀਂ ਸੰਸਦ ਵਿੱਚ ਰਚਨਾਤਮਕ ਭੂਮਿਕਾ ਨਿਭਾਏ। ਕੈਨੇਡਾ ਵਿੱਚ ਫੈਡਰਲ ਰਾਜਨੀਤੀ ਦਲ ਦੇ ਪਹਿਲੇ ਗੈਰ ਗੋਰੇ ਨੇਤਾ ਨੇ 47 ਸਾਲ ਦੇ ਟਰੂਡੋ ਨੂੰ ਜਿੱਤ 'ਤੇ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੈ। ਗ੍ਰੀਨ ਪਾਰਟੀ ਨੇ ਪਹਿਲਾਂ ਹੀ ਵਿਰੋਧੀ ਧਿਰ 'ਚ ਬੈਠਣ ਦੇ ਸੰਕੇਤ ਦਿੱਤੇ ਨੇ, ਅਤੇ ਉੱਥੇ ਬਲਾਕ ਕਿਊਬਿਕ ਦੇ ਨੇਤਾ ਯੇਸ ਫਰਾਂਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਸਰਕਾਰ ਵਿੱਚ ਸ਼ਾਮਿਲ ਹੋਣ ਤੋਂ ਝਿਜਕ ਜ਼ਾਹਰ ਕੀਤੀ ਹੈ। ਅਜਿਹੇ ਵਿੱਚ ਸਾਰੀਆਂ ਦੀਆਂ ਨਜ਼ਰਾਂ ਹੁਣ NDP 'ਤੇ ਟਿੱਕੀਆਂ ਹੋਈਆਂ ਨੇ। ਸੋ ਕਿਤੇ ਨਾ ਕਿਤੇ ਹੁਣ ਕਿਹਾ ਜਾ ਸਕਦਾ ਕਿ ਜਗਮੀਤ ਸਿੰਘ ਇਸ ਸੱਤਾ ਦੇ ਵਿੱਚ ਆਪਣਾ ਦਾਅਵੇਦਾਰ ਬਣ ਸਕਦੇ ਨੇ। ਸੋ ਵੱਡੀ ਖਬਰ ਜਿਹੜੀ ਇਸ ਵਕਤ ਦੀ ਹੈ ਟੋਰਾਂਟੋ ਤੋਂ ਨਿਕਲ ਕੇ ਆ ਰਹੀ ਹੈ। ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬੜੇ ਰਵਾਜ਼ ਨਿਊਜ਼ ਵਾਲਾ .com ਦੇ ਨਾਲ ਜੋਤਿਸ਼ ਸਮਰਾਟ GL ਸ਼ਾਸਤਰੀ। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ 2 ਘੰਟੇ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ। ਵਸ਼ੀਕਰਨ ਕਰਨਾ ਤਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੋਤਨ ਦੁਸ਼ਮਣ ਦਾ ਨਾਸ਼, ਹਰ ਤਰ੍ਹਾਂ ਦੇ ਲਾਟੀ ਨੰਬਰ ਦੇ ਮਾਹਿਰ, ਧੋਖਾ ਖਾਧੇ ਲੋਕ ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ। 81 468 13 896 81 468 13 896